ਲਓ ਜੀ ਦੋਸਤੋ, ਟਰੈਕਟਰ ਜਿਹੜਾ ਫੋਰਡ ਹੈ ਇਹ ਤੇ ਜੀ ਬਿਲਕੁਲ ਬੜੀ ਸਪੀਡ ਮਾਰ ਰਿਹਾ ਹੈ, ਬਿਲਕੁਲ ਮੇਰੇ ਅੱਗੇ ਹੈ ਤੇ ਮੀਆਂ ਮੁਹੰਮਦ ਅਫਜ਼ਲ ਵੱਟੂ ਸਾਹਿਬ ਚਲਾ ਰਹੇ ਨੇ ਤੇ ਮੇਰੇ ਖਿਆਲ ਕੋਈ ਮਾਈਲੇਜ ਕੱਢ ਰਹੇ ਨੇ ਪਰ ਕਿਲੋਮੀਟਰ ਦੇ ਹਿਸਾਬ ਨਾਲ ਤੇ ਬੜੀ ਸਪੀਡ ਹੈ ਜੀ। ਮੈਂ ਇਸ ਟਾਈਮ ਗੱਡੀ ਤੇ ਹਾਂ ਲੇਕਿਨ ਬੜੀ ਸਪੀਡ ਹੈ ਟਰੈਕਟਰ ਦੀ, ਛੋਟੇ ਫੋਰਡ 4560 ਦੀ ਬੜੀ ਸਪੀਡ ਹੈ ਜਾ ਰਿਹਾ ਹੈ ਤੇ ਇੰਝ ਲੱਗ ਰਿਹਾ ਕਿ ਮਤਲਬ ਕਾਰ ਹੀ ਬਣਿਆ ਹੋਇਆ ਹੈ। ਹਾਂਜੀ ਇਹ ਵੇਖੋ 4560 ਫੋਰਡ 4560 ਬਿਲਕੁਲ ਤੁਹਾਡੇ ਅੱਗੇ ਹੈ ਤੇ ਬੜੀਆਂ ਸਪੀਡਾਂ ਮਾਰ ਰਿਹਾ ਜੀ 4560। ਵੇਖਨੇ ਜੀ ਕੀ ਮਾਈਲੇਜ ਆਉਂਦਾ ਜੀ ਇਹਦਾ। ਅਤੇ ਬਿਲਕੁਲ ਜੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਵਾਹਣ ਦੇ ਨਾਲ ਨਾਲ ਵੈਸੇ ਟਰੈਕਟਰ ਦੀ ਮਾਈਲੇਜ ਦਾ ਪਤਾ ਹੋਣਾ ਚਾਹੀਦਾ ਕਿ ਅਗਰ ਕਿਸੇ ਜਗ੍ਹਾ 'ਤੇ ਬੰਦਾ ਲੈ ਕੇ ਜਾਂਦਾ ਅਤੇ ਬਈ ਉਹ ਪਰ ਕਿਲੋਮੀਟਰ ਕਿੰਨਾ ਤੇਲ ਖਰਚ ਕਰਦਾ ਹੈ, ਕਿਉਂਕਿ ਜਿਵੇਂ ਜਿਵੇਂ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ ਕਿਸਾਨਾਂ ਨੇ ਵੀ ਟਰੈਕਟਰਾਂ ਨੂੰ ਸ਼ਹਿਰ ਲੈ ਕੇ ਜਾਣਾ ਬੰਦ ਕਰਤਾ, ਕਿਉਂਕਿ ਕਾਫੀ ਖਰਚਾ ਹੋ ਜਾਂਦਾ ਡੀਜ਼ਲ 'ਤੇ। ਹੁਣ ਤਾਂ ਜ਼ਿਆਦਾਤਰ ਛੋਟੇ ਮੋਟੇ ਕੰਮਾਂ ਲਈ ਕਿਸਾਨ ਮਿਸਤਰੀਆਂ ਨੂੰ ਘਰ ਹੀ ਬੁਲਾ ਲੈਂਦੇ ਨੇ, ਆਪਣੇ ਡੇਰਿਆਂ 'ਤੇ ਬੁਲਾ ਲੈਂਦੇ ਨੇ। ਅਤੇ ਇਹ ਜੀ ਮੇਰੇ ਖਿਆਲ 'ਚ ਜੀ ਅਜੇ ਅੱਗੇ ਜਾ ਰਹੇ ਨੇ। ਅਤੇ ਅੱਜ ਤੁਹਾਨੂੰ ਡਿਜੀਟਲ ਕਿਸਾਨ ਪਾਕਿਸਤਾਨ ਅਤੇ ਆਲਟੋ ਗੱਡੀ ਬਾਰੇ, ਜਿਹੜੀ ਨਵੀਂ ਆਲਟੋ ਆਈ ਹੈ ਪਾਕਿਸਤਾਨ ਸੁਜ਼ੂਕੀ ਆਲਟੋ, ਉਹਦਾ ਵੀ ਰਿਵਿਊ ਦਿੱਤਾ ਜਾਏਗਾ ਕਿ ਉਹਦੀ ਕੀ ਸੂਰਤ ਹਾਲ ਹੈ, ਕੀਮਤ ਦੇ ਹਿਸਾਬ ਨਾਲ ਗੱਡੀ ਹੈ ਵੀ ਜਾਂ ਨਹੀਂ ਹੈ। ਅਤੇ ਮੈਂ ਵੀ ਇਸ ਟਾਈਮ ਆਲਟੋ 'ਤੇ ਹੀ ਹਾਂ ਅਤੇ ਅੱਜ ਮੀਆਂ ਅਫਜ਼ਲ ਸਾਹਿਬ ਦੋਨੋਂ ਇਹਦੇ 'ਤੇ ਵੀ ਦੱਸਣਗੇ ਕਿ ਆਲਟੋ ਗੱਡੀ ਦਾ ਕੀ ਹਾਲ ਹੈ। ਲੱਗਦਾ ਜੀ ਕਿ ਕੋਈ ਲੰਮਾ ਹੀ ਪੈਂਡਾ ਇਹਨਾਂ ਨੇ ਖਿੱਚਣਾ ਹੈ। ਹਾਂਜੀ ਬਿਲਕੁਲ, ਥੋੜ੍ਹਾ ਜਿਹਾ ਕੋਈ 2-4 ਕਿਲੋਮੀਟਰ ਕਰਨਗੇ ਤਾਂ ਮਾਈਲੇਜ ਦਾ ਪਤਾ ਚੱਲੇਗਾ। ਲਓ ਜੀ ਮੈਂ ਤੁਹਾਨੂੰ ਟਰੈਕਟਰ ਦੀ ਸਪੀਡ ਦਿਖਾਈ ਹੈ ਕਿ ਕਿਸ ਤਰ੍ਹਾਂ ਸਪੀਡ ਜਾ ਰਿਹਾ ਹੈ ਅਤੇ ਬਾਕੀ ਮਾਈਲੇਜ ਤੁਸੀਂ ਵੀਡੀਓ 'ਚ ਵੇਖ ਲੈਣਾ। ਬਹੁਤ ਸ਼ੁਕਰੀਆ ਦੋਸਤੋ ਵੀਡੀਓ ਵੇਖਣ ਦਾ ਅਤੇ ਮੈਂ ਸਲਾਮ ਕਹਿੰਦਾ ਵੀਡੀਓ ਮੀਆਂ ਸਾਹਿਬ ਨੂੰ ਵਟਸਐਪ ਕਰ ਦਿਆਂਗਾ। ਚੰਗਾ ਜੀ।